ਸਰੇਕ ਪਾਸੇ ਜਿੱਥੇ ਇਨਟੋਲਰੈਂਸ ਦੀ ਗੱਲ ਹੋ ਰਹੀ ਹੈ ਦੂਜੇ ਪਾਸੇ ਇੱਕ ਫਿਲਮ ਆਉਂਦੀ ਹੈ ਉਸ ਫਿਲਮ ਨੂੰ ਨੈਸ਼ਨਲ ਲੈਵਲ ਦੀ ਚਰਚਾ ਬਣ ਜਾਂਦੀ ਹੈ ਉਹ ਸਾਰੇ ਰਾਜਨੀਤਿਕ ਨੇਤਾ ਹੈਗੇ ਆ ਜਿਹੜੇ ਉਹਦੇ ਤੇ ਗੱਲ ਕਰਨ ਲੱਗ ਪੈਂਦੇ ਆ ਤੇ ਅੱਜ ਉਹ ਪਤਾ ਲੱਗਦਾ ਕਿ ਤੇ ਸਿੰਗਾਪੁਰ ਵਰਗਾ ਦੇਸ਼ ਉਸ ਫਿਲਮ ਨੂੰ ਬੈਨ ਕਰ ਦਿੰਦਾ ਦਾ ਕਸ਼ਮੀਰ ਫਾਈਲਸ ਤੇ ਸਿੰਗਾਪੁਰ ਵਰਗਾ ਦੇਸ਼ ਇਸ ਫਿਲਮ ਨੂੰ ਬੈਨ ਕਰ ਦਿੰਦਾ ਤੇ ਕਈ ਲੀਡਰ ਕਹਿ ਰਹੇ ਆ ਕਿ ਇਹ ਪਰਟੀਕੂਲਰ ਕਮਿਊਨਿਟੀ ਦੀ ਹਿੰਦੂ ਕਮਿਊਨਿਟੀ ਦੀ ਇਨਸਲਟ ਹੈ ਦੇਖੋ ਸਿੰਗਾਪੁਰ ਹੈਜ਼ ਟੂ ਟੇਕ ਇਟਸ ਓਨ ਕਾਲ ਅੱਪਾ ਗੱਲ ਕਰਦੇ ਪਏ ਸੀ ਟੋਲਰੈਂਸ ਦੀ ਫਰੀडम ਆਫ ਸਪੀਚ ਦੀ ਯੂ ਨੋ ਸਿੰਗਾਪੁਰ ਇੱਕ ਅਮੀਰ ਦੇਸ਼ ਹੈ ਛੋਟਾ ਦੇਸ਼ ਹੈ ਪਰ ਇਟ ਇਜ਼ ਨਾਟ ਅ ਟ੍ਰੂਲੀ ਡੈਮੋਕਰੈਟਿਕ ਕੰਟਰੀ ਉੱਥੇ ਇਲੈਕਸ਼ਨ ਹੁੰਦੇ ਨੇ ਪਰ ਇੱਕੋ ਹੀ ਫੈਮਿਲੀ ਦੀ ਪਾਰਟੀ ਜਿੱਦੀ ਹੈ ਇਟਸ ਜਸਟ ਦੈਟ ਉਹਨਾਂ ਨੇ ਆਪਣੇ ਦੇਸ਼ ਤੇ ਲੋਕਾਂ ਲਈ ਕਾਫੀ ਚੰਗਾ ਕੀਤਾ ਹੈ ਉਹਨਾਂ ਨੇ ਇਟ ਇਜ਼ ਨਾਟ ਐਨ ਇਨਸਲਟ ਟੂ ਆਰ ਕਮਿਊਨਿਟੀ ਉਹਨਾਂ ਨੇ ਆਪਣੇ ਹਿਸਾਬ ਨਾਲ ਡਿਸਪਲਨ ਲੈਣਾ ਹੈ ਜੀ ਉੱਥੇ ਵਟ ਦੇ ਵਾਂਟ ਇਜ਼ ਡਿਸਪਲਿਨ ਵਟ ਦੇ ਵਾਂਟ ਇਜ਼ ਉੱਥੇ ਦੀਵਾਲੀ ਇਜ਼ ਅ ਨੈਸ਼ਨਲ ਹੌਲੀਡੇ ਸਿੰਗapore ਚ ਦੀਵਾਲੀ ਇੱਕ ਨੈਸ਼ਨਲ ਹੌਲੀਡੇ ਵਾਂਗੂ ਮਨਾਈ ਜਾਂਦੀ ਹੈ ਹਰ ਸਾਲ ਤੇ ਇਟ ਇਜ਼ ਨੋਟ ਅਬਾਊਟ देयर ਇਨਟੋਲਰੈਂਸ ਇਹ ਉਹਨਾਂ ਦਾ ਇੱਕ ਸੋਵਰਨ ਤੇ ਇੰਡੀਪੈਂਡੈਂਟ ਡਿਸੀਜਨ ਹੈ ਕਿ ਭਈ ਜੇ ਕਿਸੇ ਯੂ نو ਕਿਸੇ ਵੀ ਫਿਲਮ ਦੇ ਕਾਰਨ ਉਹਨਾਂ ਨੂੰ ਲੱਗਦਾ ਹੈ ਕਿ ਭਈ ਸਾਡੇ ਲੋਕੀ ਵਿਚਲਿਤ ਹੋਣਗੇ ਜਾਂ ਉਹਨੂੰ ਅਸੈਪਟ ਨਹੀਂ ਕਰਨਗੇ ਇਟ ਇਜ਼ देयर ਕਾਲ ਬਟ ਮਨੂਆ ਲੱਗਦਾ ਹੈ ਕਿ ਕੋਈ ਵੀ ਜਿਹੜਾ ਇੱਕ ਫਰੀडम ਆਫ ਐਕਸਪ੍ਰੈਸ਼ਨ ਆ ਹੋਣੀ ਚਾਹੀਦੀ ਹੈ ਹੁਣ ਆਪਾਂ ਆਪਣੀ એનર્ਜੀ ਇਸ ਤੇ ਵੀ ਵੇਸਟ ਕਰ ਸਕਦੇ ਆ ਕਿ ਭਈ ਸਿੰਗਾਪੁਰ ਨੇ ਬੈਨ ਕਰਤਾ ਸਿੰਗਾਪੁਰ ਚ ਫਰੀडम ऑफ ਸਪੀਚ ਨਹੀਂ ਹੈ दैट इज नॉट आवर ਪ੍ਰੋਬਲਮ ਰਾਈਟ ਨਾ ਸਿੰਗਾਪੁਰ ਚ ਫਰੀडम ऑफ ਸਪੀਚ ਨਹੀਂ ਹੈ ਸਾਰੇ ਜਾਣਦੇ ਨੇ ਇਟਸ ਨਾਟ ਅ ਟਰੂਲੀ ਡੈਮੋਕਰੈਟਿਕ ਕੰਟਰੀ ਰਾਈਟ ਤੇ ਆਫ ਕਰਸ ਆਪਾਂ ਹੁਣ ਹਰ ਚੀਜ਼ ਨੂੰ ਆਪਾਂ ਇਸ਼ੂ ਬਣਾਈ ਜਾਈਏ ਰਾਈਟ ਇੱਕ ਫਿਲਮ ਨੇ ਇੱਕ ਸਰਟਨ ਇਨਸੀਡੈਂਟਸ ਪੋਰਟ੍ਰੇ ਕੀਤੇ ਨੇ ਜੀ ਐਂਡ ਵੀ ਸ਼ੁਡ ਲੀਵ ਇਟ ਟੂ ਦੀ ਜਜਮੈਂਟ ਆਫ ਪੀਪਲ ਜੀ ਜਿਹੜੇ ਲੋਕੀ ਇਸ ਫਿਲਮ ਦੇ ਖਿਲਾਫ ਇੰਨੀ ਆਵਾਜ਼ ਉਠਾ ਰਹੇ ਨੇ ਕਿ ਵੀ ਇਹ ਫਿਲਮ ਤੇ ਇੱਕ ਨਰੇਟਿਵ ਸੈੱਟ ਕਰਦੀ ਪਈ ਆ ਜੀ ਰਾਈਟ ਉਹਨਾਂ ਲੋਕਾਂ ਨੂੰ ਵੀ ਆਪਣਾ ਮਾਈਂਡ ਓਪਨ ਰੱਖਣਾ ਚਾਹੀਦਾ ਹੈ ਯੂ ਹੈਵ ਅ ਕਾਊਂਟਰ ਨਰੇਟਿਵ ਯੂ ਸੇ ਥੈਟ ਜੀ ਰਾਈਟ ਇਟ ਇਜ਼ ਫਰੀडम ਆਫ ਐਕਸਪ੍ਰੈਸ਼ਨ ਫਾਰ एवरीवन ਸੋ ਏਵਰੀ ਸਾਈਡ ਆਫ ਏਵਰੀ ਸਾਈਡ ਆਫ ਦੀ ਸਟੋਰੀ ਸ਼ੁੱਡ ਬੀ ਟੋਲਡ ਐਫ ਇਟ ਆ ਇੱਕ ਆਈਡੀਅਲ ਸੈਨੈਰੀਓ ਹੋ ਸਕਦਾ ਜਿੱਥੇ ਫਰੀडम ਆਫ ਸਪੀਚ ਹੋਵੇ ਪ੍ਰਾਇਮਰੀ ਫੋਕਸ ਸਾਡਾ ਉਹਨਾਂ ਚੀਜ਼ਾਂ ਤੇ ਜਾਣਾ ਚਾਹੀਦਾ ਜਿਨ੍ਹਾਂ ਤੇ ਗੱਲ ਕਰਨੀ ਬਣਦੀ ਆ ਜੋ ਜ਼ਰੂਰੀ ਮੁੱਦੇ ਆ ਬਿਲਕੁਲ ਦੇਖੋ ਜੇ ਆਪਾਂ ਮੈਂ ਨਹੀਂ ਕਹਿ ਰਿਹਾ ਵਟ ਏਵਰ ਹੈਪਨਡ ਇਨ ਕਸ਼ਮੀਰ ਇਟ ਸ਼ੁੱਡ ਬੀ ਲੁੱਕਡ ਇਨਟੂ ਰਾਈਟ ਕਿ ਭਈ ਇੱਕ ਆਪਾਂ ਇੱਕ ਇੰਨਾ ਵੱਡਾ ਟ੍ਰੇਜਡੀ ਇਗਨੋਰ ਨਹੀਂ ਕਰ ਸਕਦੇ ਬਿਲਕੁਲ ਅੱਜ ਮੇਬੀ ਇਟ ਇਜ਼ ਸੂਟੇਬਲ ਫਾਰ ਦੀ ਕਰੰਟ ਜਿਹੜੀ ਗਵਰਨਮੈਂਟ ਹੈ ਤਾਂ ਦੇ ਆਰ ਅਲੋਇੰਗ ਇਟ ਬਟ ਇਹ ਵਾਲੇ ਜਿਹੜੇ ਇਸ਼ੂਸ ਨੇ ਜਿੱਥੇ ਇੱਕ ਇੱਕ ਪਾਰਟਿਕੂਲਰ ਕਮਿਊਨਿਟੀ ਨੂੰ ਵਾਸ ਨਾਟ 기ਵਨ ਉਹਨਾਂ ਦੇ ਰਾਈਟਸ ਨੂੰ ਛਿੰ ਕੇ ਉਹਨਾਂ ਨੂੰ ਉੱਥੋਂ ਬੇਦਖਲ ਕਰ ਦਿੱਤਾ ਗਿਆ ਵਾਈ ਸ਼ੁੱਡ ਇਟ ਨਾਟ ਬੀ ਹਾਈਲਾਈਟਡ ਯੂ نو ਇਟ ਸ਼ੁੱਡ ਬੀ ਫੇਅਰ ਟੂ एवरीवन ਤੇ ਮੈਂ ਨਹੀਂ ਕਹਿੰਦਾ ਕਿ ਇੱਕੋ ਕਮਿਊਨਿਟੀ ਨਾਲ ਅਨਿਆਂ ਹਰ ਥਾਂ ਤੇ ਅਲੱਗ-ਅਲੱਗ ਟਾਈਮ ਤੇ ਡਿਪੈਂਡਿੰਗ ਔਨ ਹੂ ਇਜ਼ ਇਨ ਪਾਵਰ ਅਲੱਗ-ਅਲੱਗ ਕਮਿਊਨਿਟੀਆਂ ਨਾਲ ਅਨਿਆਂ ਹੁੰਦਾ ਰਿਹਾ ਤੇ ਉਦੋਂ ਤੱਕ ਹੁੰਦਾ ਰਹੇਗਾ ਜਦੋਂ ਅਸੀਂ ਲੋਕੀ ਆਪਣੇ ਆਪ ਨੂੰ ਕਮਿਊਨਿਟੀਆਂ 'ਚ ਬਣਦੇ ਰਾਵਾਂਗੇ ਜਦੋਂ ਅਸੀਂ ਨੈਸ਼ਨਲਿਸਟ ਮਾਈਂਡਸੈਟ ਬਣਾਵਾਂਗੇ ਜਦੋਂ ਇੱਕ ਨੈਸ਼ਨਲ ਮਾਈਂਡਸੈਟ ਬਣਾਵਾਂਗੇ ਇਸੇ ਕਰਕੇ ਨਾ ਜਦੋਂ ਗੱਲ ਹੁੰਦੀ ਹੈ ਇਹ ਹਿੰਦੀ ਲੈਂਗੁਏਜ ਦੀ ਵੀ ਬੜੀ ਕੰਟਰੋਵਰਸੀ ਹੋਈ ਜੀ ਹਿੰਦੀ ਲੈਂਗੁਏਜ ਇੱਕ ਸਾਡੀ ਬਾਈਂਡਿੰਗ ਫੋਰਸ ਹੋ ਸਕਦੀ ਹੈ ਉਹ ਸਾਡੀ ਮਾਂ ਬੋਲੀ ਦੀ ਜਗ੍ਹਾ ਕਦੀ ਨਹੀਂ ਲੈ ਸਕਦੀ ਰਾਈਟ ਅੱਜ ਅਸੀਂ ਕਿਉਂਕਿ ਆਪਾਂ ਕਈ ਸਾਲ ਅੰਗਰੇਜ਼ਾਂ ਦੇ ਥੱਲੇ ਰਹੇ ਸਾਨੂੰ ਇੰਗਲਿਸ਼ ਐਸੈਪਟੇਬਲ ਹੈ ਐਜ਼ ਅ ਲਿੰਕਿੰਗ ਲੈਂਗੁਏਜ ਪਰ ਸਾਨੂੰ ਅੱਜ ਵੇਖੋ ਇਹ ਇਹ ਇੰਨੇ ਸਾਲਾਂ ਦੀ ਸਬਜੂਗੇਸ਼ਨ ਤੇ ਗੁਲਾਮੀ ਦਾ ਨਤੀਜਾ ਹੈ ਕਿ ਅੱਜ ਅੰਗਰੇਜ਼ਾਂ ਨੇ ਸਾਡੇ ਦਿਮਾਗ 'ਚ ਪਾ ਦਿੱਤਾ ਕਿ ਜੇ ਆਪਾਂ ਸਾਰੇ ਹਿੰਦੀ ਬੋਲਣ ਲੱਗ ਪਈਏ ਜੀ ਰਾਈਟ ਤੇ ਉਹ ਹਿੰਦੀ ਇਹਦਾ ਮਤਲਬ ਹੈ ਕਿ ਯੂ نو ਹਿੰਦੀ ਸਾਡੇ ਉੱਤੇ ਅਨਨੈਸੈਸਰੀ ਪ੍ਰਭਾਵ ਪਾ ਰਹੀ ਹੈ ਤੇ ਸਾਡੀਆਂ ਸਾਡੀਆਂ ਆਪਣੀ ਜ਼ੁਬਾਨ ਦੇ ਉੱਤੇ ਆక్రਮਣ ਹੈ ਜੀ ਇੰਗਲਿਸ਼ ਬੋਲਣ ਨਾਲ ਨਹੀਂ ਜੀ ਇਹ ਕਿਵੇਂ ਆਇਆ ਅੰਗਰੇਜ਼ੀ ਸਾਡੀ ਭਾਸ਼ਾ ਨਹੀਂ ਸਾਡੇ 1947 ਪਹਿਲੇ ਤੋਂ ਪਹਿਲਾਂ ਦੀ ਅਕਾਵਾਂ ਦੀ ਭਾਸ਼ਾ ਸੀ ਅਸੀਂ ਸਾਨੂੰ ਅਸੈਪਟੇਬਲ ਹੈ ਅੱਜ ਦੀ ਡੇਟ ਜੇ ਤੁਸੀਂ ਇੱਕ ਸਟਰੋਂਗ ਹਿੰਦੁਸਤਾਨ ਇੱਕ ਯੂनाइटेड ਹਿੰਦੁਸਤਾਨ ਵੇਖਣਾ ਚਾਹੁੰਦੇ ਹੋ ਹਿੰਦੀ ਹੈਜ਼ ਟੂ ਬੀ ਦੀ ਕਾਮਨ ਲੈਂਗੁਏਜ ਮੈਂ ਕਿਸੇ ਭਾਸ਼ਾ ਦੇ ਖਿਲਾਫ ਨਹੀਂ ਹਾਂ ਮੈਂ ਪੰਜਾਬੀ ਬੋਲਣਾ ਹਿੰਦੀ ਬੋਲਣਾ ਇੰਗਲਿਸ਼ ਬੋਲਣਾ ਉਰਦੂ ਬੋਲਣਾ ਤੁਸੀਂ ਕੋਈ ਵੀ ਭਾਸ਼ਾ ਬੋਲੋ ਰਾਈਟ ਜਿਹੜੀ ਜਿਹੜੀ ਭਾਸ਼ਾ ਬਟ ਹਿੰਦੀ ਕੁਡ ਬੀ ਅ ਬਾਈਂਡਿੰਗ ਫੋਰਸ ਵਾਈ ਟੂ ਹੈਵ ਅ ਫੋਰਨ ਲੈਂਗੁਏਜ ਕਹਿੰਦੇ ਜਿਹੜੇ ਇੰਨੇ ਲੋਕੀ ਸਮਝਦੇ ਨੇ ਹੁਣ ਇੰਗਲਿਸ਼ ਕਿੰਨੇ ਪਰਸੈਂਟੇਜ ਸਾਡੇ ਸਮਝਦੇ ਨੇ ਇਟ ਬਿਕਮਸ ਡਿਫਿਕਲਟ ਤੇ ਮਨੂੰ ਇਹ ਲੱਗਦਾ ਕਿ ਭਈ ਜੇ ਭਾਵੇਂ ਸਦਰਨ ਸਟੇਟਸ ਨੇ ਭਾਵੇਂ ਨਾਰਥ-ਈਸਟਰਨ ਸਟੇਟਸ ਨੇ ਜਿਉ ਇੰਗਲਿਸ਼ ਦੀ ਜਗ੍ਹਾ ਹਿੰਦੀ ਨੂੰ ਵੀ ਅਸੈਪਟ ਕਰਨ ਉਹ ਸਾਡੇ ਦੇਸ਼ ਨੂੰ ਹੋਰ ਜ਼ਿਆਦਾ ਲਾਗੇ ਲੈ ਕੇ ਆ ਸਕਦਾ